ਅਸੀਂ ਚੱਕਾਂਗੇ ਤੁਹਾਡੇ ਹੱਕ ਦੀ ਆਵਾਜ਼। ਪੰਜਾਬ ਦੇ ਨਾਲ ਹਰਿਆਣਾ 'ਚ ਵੀ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਨਾਲ ਮਿਲ ਕੇ ਲੋਕ ਸਭਾ ਦੀਆਂ ਚੋਣਾਂ ਲੜਨਗੇ। ਅਕਾਲੀ ਦਲ ਤੇ ਬੀਜੇਪੀ ਵਿਚਾਲੇ ਹਰਿਆਣਾ 'ਚ ਗੱਠਜੋੜ ਹੋ ਚੁੱਕਾ ਹੈ। ਦੋਵਾਂ ਪਾਰਟੀਆਂ ਵਿਚਾਲੇ ਹਾਲੇ ਤੱਕ ਸੀਟਾਂ ਦੀ ਵੰਡ ਨਹੀਂ ਕੀਤੀ ਗਈ, ਪਰ ਕਾਂਗਰਸ ਨੂੰ ਹਰਾਉਣ ਲਈ ਹਰਿਆਣਾ 'ਚ ਬੀਜੇਪੀ ਅਕਾਲੀ ਦਲ ਇੱਕ ਹੋ ਗਏ ਨੇ। ਹਮਾਰੇ ਅਕਾਲੀ ਦਲ ਕੇ ਸਾਥ ਮੈਂ ਇਹ ਨਹੀਂ ਕਹੂੰਗਾ ਕਿ ਬਾਤਚੀਤ ਚੱਲ ਰਹੀ ਹੈ, ਬਲਕਿ ਸਹਿਜ ਸੁਭਾਵਿਕ ਹਮਾਰਾ ਤਾਲਮੇਲ ਜੈਸੇ ਦੇਸ਼ ਕੇ ਬਾਕੀ ਪ੍ਰਦੇਸ਼ੋ ਮੈਂ ਹੈ। ਪੰਜਾਬ ਮੈਂ ਜੈਸੇ ਹਮਾਰਾ ਸਿੱਧਾ ਸਿੱਧਾ ਅਲਾਇੰਸ ਹੀ ਹੈ, ਉੱਤਰਾਖੰਡ ਮੈਂ ਵੀ ਹੈ, ਹਮ ਲੋਕ ਦਿੱਲੀ ਮੈਂ ਵੀ ਮਿਲ ਕਰਕੇ ਚੱਲ ਰਹੇ ਹੈ। ਇਸੀ ਪ੍ਰਕਾਰ ਸੇ ਪਿਛਲੇ ਵਰਸ਼ੋਂ ਮੈਂ ਹਮ ਹਰਿਆਣਾ ਮੈਂ ਭਲੇ ਨਹੀਂ ਚੱਲ ਰਹੇ ਥੇ, ਲੇਕਿਨ ਇਸ ਵਾਰ ਹਮਨੇ ਬਨਵਾਇਆ ਹੈ ਕਿ ਹਮ ਹਰਿਆਣਾ ਮੈਂ ਵੀ ਮਿਲ ਕੇ ਚਲੇਂਗੇ, ਚਾਹੇ ਉਹ ਲੋਕ ਸਭਾ ਕਾ ਚੁਣਾਵ ਹੈ, ਚਾਹੇ ਉਹ ਵਿਧਾਨ ਸਭਾ ਕਾ ਚੁਣਾਵ ਹੈ। ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਮਿਲ ਕੇ ਚਲੇਂਗੇ, ਐਸਾ ਹਮਾਰੀ ਆਪਸ ਮੇਂ ਬਾਤਚੀਤ ਹੋਈ ਹੈ, ਤਾਂ ਕਿ ਜੋ ਹਮਾਰੀ ਜੋ ਇੱਕ ਸਮਾਜਿਕ ਏਕਤਾ ਉਹ ਵੀ ਬਣੀ ਰਹੇ ਔਰ ਰਾਜਨੀਤਿਕ ਤੌਰ ਪਰ ਵੀ ਹਮ ਲੋਕ ਮਿਲ ਕਰਕੇ ਕਾਂਗਰਸ ਕੋ ਦੇਸ਼ ਮੈਂ ਪੂਰੇ ਮੈਂ ਦੂਰ ਰੱਖਣਾ ਹੈ, ਤੋ ਹਮ ਆਪਣੇ ਪ੍ਰਦੇਸ਼ ਮੈਂ ਵੀ ਔਰ ਆਸ ਪਾਸ ਕੇ ਪ੍ਰਦੇਸ਼ੋ ਮੈਂ ਵੀ ਕਾਂਗਰਸ ਕੋ ਦੂਰ ਰੱਖੇ ਔਰ ਇਸ ਦੇਸ਼ ਮੈਂ ਆਪਣੇ ਦੇਸ਼ ਮੈਂ ਦੁਬਾਰਾ ਸੇ ਕੇਂਦਰ ਮੈਂ ਪ੍ਰਧਾਨ ਮੰਤਰੀ ਸਨਾਤਨ ਸਿੰਘ ਨਰਿੰਦਰ ਮੋਦੀ ਜੀ ਕੇ ਨੇਤ੍ਰਤਵ ਮੈਂ ਬਹੁਮਤ ਕੇ ਸਾਥ ਦੇਸ਼ ਕੀ ਸਰਕਾਰ ਬਨੇ। ਅਸੀਂ ਚੱਕਾਂਗੇ ਤੁਹਾਡੇ ਹੱਕ ਦੀ ਆਵਾਜ਼।